ਕੰਮ ਧੰਦਾ ਤਾਂ ਕਰ ਲਿਆ ਤੇ ਕੁੜੀ ਤਾਂ ਉਹੀ ਗੱਲ ਕਾਲਜ ਵਗ ਜਾਂਦੀ ਹੈਗੀ ਉਹ ਤਾਂ ਨਿਬੜ ਜਾਂਦਾ ਹੈਗਾ। ਬੇਬੇ ਕੋਲੇ ਜਾਨੀ ਆ, ਬੇਬੇ ਨਾਲ ਕਰਾਂ ਕੋਈ ਗੱਲਬਾਤ। ਬੇਬੇ हाँ ਐਂ ਜੇ ਬੈਠੀ ਐਂ ਲੱਗਦਾ ਜਿਵੇਂ ਤੂੰ ਵੀ ਫਿਕਰ ਜਾ ਕਰਦੀ ਹੁੰਨੀ ਆ ਨਾ। ਚੱਲ ਭਾਈ ਫਿਕਰ ਤਾਂ ਫਿਰ ਮਾੜਾ ਮੋਟਾ ਹੋ ਹੀ ਜਾਂਦਾ, ਤੁਹਾਡੇ ਫੋਨ ਫਾਨ ਸੁਣ ਕੇ ਉਧਰ ਉਧਰ ਹੀ ਮੈਨੂੰ ਫਿਕਰ ਹੋ ਜਾਂਦਾ। ਬੇਬੇ ਦੇਖ ਲੈ ਹੁਣ ਛੋਟਾ ਭਰਾ ਤਾਂ ਜਾ ਕੇ ਸ਼ਹਿਰ ਚ ਰਹਿਣ ਲੱਗ ਗਏ ਦੋਨੇ। ਹੋਰ ਜਦੋਂ ਫਿਰ ਤੂੰ ਫੋਨ ਤੇ ਉਹਨਾਂ ਨਾਲ ਵੱਧ ਘੱਟ ਬੋਲਦੀ ਆ ਫਿਰ ਮੈਨੂੰ ਸੋਚ ਲੱਗ ਜਾਂਦੀ ਆ ਕੁੜੀ ਪਿੱਛੇ। ਸੋਚ ਤਾਂ ਬੇਬੇ ਫਿਰ ਐਂ ਕਹਿਣਾ ਮੈਂਦਾ ਵੀ ਦੇਖ ਭਈ ਹੁਣ ਤੁਸੀਂ ਤਾਂ ਆ ਕੇ ਬਹਿ ਗਏ, ਨਹੀਂ ਤਾਂ ਉਹਨੂੰ ਪੜ੍ਹਾਈ ਕਰਾਈ ਜਾਂਦੇ, ਉਹ ਕੋਰਸ ਕਰੀ ਜਾਂਦੇ, ਆਏ ਤਾਂ ਮੈਨੂੰ ਪਤਾ ਹੀ ਆ ਫਿਰ ਉਹ ਤੇ ਖਰਚਾ ਹੁੰਦਾ ਹੈਗਾ। ਤੇ ਨਾਲੇ ਹੁਣ ਉਹ ਤਾਂ ਬਾਈ ਤਾਂ ਐਂ ਕਹਿ ਛੱਡਦਾ ਨੇ, ਉਹ ਭੈਣ ਕਹਿ ਦਿੰਦੀ ਹੈ ਕਹਿੰਦੀ ਜਿੰਨੇ ਲੱਗੇ ਅਸੀਂ ਤਾਂ ਅੱਧ ਦੇ ਦਿਆਂਗੇ, ਭਈ ਥਾਂ ਦੇਖ ਲਓ ਕੁੜੀ ਦਾ ਕਰ ਜੋ ਰਿਸ਼ਤਾ। ਹੋਰ ਫਿਰ ਭਾਈ ਤੁਹਾਡਾ ਤਾਂ ਪੜ੍ਹਾਈ ਤੇ ਖਰਚਾ ਵੀ ਘਰੋਂ ਹੁੰਦਾ ਹੀ ਆ ਉਹ ਤੇ। ਹੁਣ ਬੇਬੇ ਆਪਣੇ ਤੇ ਤਾਂ ਦੇਖ ਦੋ ਬੋਝ ਬਣੇ ਪਏ ਹੈਗੇ, ਨਾ ਤਾਂ ਹੁਣ ਆਪਾਂ ਪੜ੍ਹਾਈ ਬਿਨਾਂ ਵੀ ਨਹੀਂ ਸਰਦਾ ਕੁੜੀ ਹੋਰ ਐਂ ਆ। ਚੱਲ ਜੇ ਪੜ੍ਹ ਲਿਖ ਕੇ ਕੋਈ ਨੌਕਰੀ ਲੱਗ ਜਾ ਤੇ ਪੈਰਾਂ ਸਿਰ ਹੋ ਜੇ। ਚੱਲ ਐਂ ਤਾਂ ਹੁਣ ਜੇ ਕਿਤੇ ਉਹ ਇੱਥੇ ਆਉਣ ਜਾਂ ਮੈਂ ਜਾਵਾਂ ਐਂ ਤਾਂ ਮੈਂ ਸਮਝਾਉਂ ਵੀ ਭਾਈ ਉਹ ਤਾਂ ਪੜ੍ਹਾਈ ਤੇ ਖਰਚਾ ਕਰੀ ਜਾਂਦੇ ਨੇ ਕਿੱਦਾਂ ਦੇ, ਤੇ ਉਹ ਤੁਸੀਂ ਬਾਹਲਾ ਬੋਝ ਨਾ ਮੰਨੋ ਕੁੜੀ ਦਾ। ਬੇਬੇ ਉਹ ਤਾਂ ਐਂ ਕਹਿੰਦੇ ਨੇ, ਉਹ ਕਹਿੰਦੇ ਅਸੀਂ ਕਿਹੜਾ ਹਿੱਸਾ ਠੇਕ ਕਰ ਜਾਂਦੇ ਆ। ਕੋਈ ਨਾ, ਐਵੇਂ ਲੱਗਦਾ ਫੇਰ ਵੀ ਆਪਾਂ ਹੁਣ ਦਾਣੇ ਕਣਕ ਕੁੱਕ ਤਾਂ ਛੱਡ ਕੇ ਆਉਣੇ ਆ, ਤੇ ਆਪਾਂ ਨੂੰ ਕੁਝ ਬਚਦੀ ਨਹੀਂ। ਤੋ ਐਂ ਤਾਂ ਫੇਰ ਹੁਣ ਆਪਾਂ ਉਹਨਾਂ ਨੂੰ ਸਾਲ ਭਰ ਦੇ ਦਾਣੇ ਵੀ ਘਰੋਂ ਦਿੰਨੀ ਆ ਖਾਣ ਨੂੰ, ਤਾਂ ਦਿੰਨੀ ਆ। ਤੇ ਤੁਸੀਂ ਕੁੜੀ ਦਾ ਬਾਹਲਾ ਬੋਝ ਨਾ ਮੰਨੋ, ਐਵੇਂ ਆਪਦੇ ਦਿਮਾਗ ਤੇ ਲੋਡ ਨਾ ਪਾ, ਕੋਈ ਨਾ ਇਹਦਾ ਖੁੰਜਾ ਕੋਈ ਜੰਮਪੂ। ਹੋਰ ਬੇਬੀ ਮੈਂ ਵੀ ਇਹੀ ਸੋਚਦੀ ਆ ਵੀ ਚੱਲ ਕੋਈ ਚੰਗਾ ਹੋ ਜੇ ਇਹਦਾ। ਕੋਈ ਨਹੀਂ, ਬਥੇਰਾ ਵਧ ਗਿਆ ਬਣੂਗਾ, ਤੂੰ ਦੇਖ ਲਈ ਤੇ ਐਵੇਂ ਬਾਹਲਾ ਰੌਲਾ ਨਾ ਪਾਇਆ ਕਰੋ, ਫੇਰ ਮੇਰਾ ਵੀ ਚਿੱਤ ਖਰਾਬ ਹੋ ਜਾਂਦਾ ਵੀ ਕੁੜੀ ਪਿੱਛੇ ਘਰੇ ਰੌਲਾ ਪਾਉਂਦਾ। ਖਰਾਬ ਹੋ ਜਾਂਦਾ ਬੇਬੀ, ਕੀ ਕਰੀਏ ਹੁਣ, ਫਿਕਰ ਤਾਂ ਰਹਿੰਦੀ ਉਹਨਾਂ ਚਿਰ। ਫਿਰ ਹੁਣ ਪੜ੍ਹਾਈ ਦੇ ਮੁੱਲ ਆ, ਪੜ੍ਹਾਉਣੀ ਵੀ ਜ਼ਰੂਰੀ ਆ, ਪੜ੍ਹਾਉਣੀ ਤਾਂ ਜ਼ਰੂਰੀ ਆ ਬੇਬੇ। ਫਿਰ ਪੜ੍ਹਾਈ ਦੇ ਮੁੱਲ ਆ ਬਈ ਹੁਣ ਤਾਂ, ਫਿਰ ਹੁਣ ਜੇ ਆਪਾਂ ਪੜ੍ਹਾਈ ਨਹੀਂ ਕਰਾਉਂਦੇ ਹੋਰ ਤਾਂ ਭਾਈ ਗਾਹਾਂ ਕਹੇ ਜਾਂ ਮਿਲੂਗਾ ਅਗਲਾ ਕਹੇ ਸਾਨੂੰ ਪੜ੍ਹੀ ਲਿਖੀ ਚਾਹੀਦੀ, ਕੋਈ ਰਿਸ਼ਤਾ ਨਹੀਂ ਲੈਂਦਾ ਬੇਬੇ ਅੱਜ ਕੱਲ। ਹੋਰ ਗੱਲ ਤਾਂ ਫਿਰ ਉਹੀ ਆ। ਚੱਲ ਕੋਈ ਨਹੀਂ ਬੇਬੇ, ਮੈਂ ਤਾਂ ਲੀੜੇ ਜੇ ਧੋਣੀ, ਲੀੜੇ ਧੋਣ ਵਾਲੇ ਪਏ ਮੇਰੇ ਤਾਂ, ਮੈਂ ਤਾਂ ਉਹੀ ਆ ਵਿਹਲੀ ਜੀ ਬੈਠੀ, ਦੇਖ ਕੇ ਆ ਗਈ ਮੈਂ ਬੇਬੇ ਨਾਲ ਦੋ ਗੱਲਾਂ ਹੀ ਕਰਾਂ। ਬਸ ਤੂੰ ਫੋਨ ਤੇ ਉਹਨਾਂ ਨਾਲ ਬੋਲੀ ਜਾਂਦੀ ਸੀ, ਫਿਰ ਮੈਨੂੰ ਵੀ ਆਏ ਹੋ ਜਾਂਦਾ ਵੀ ਲਾ ਹੁਣ ਇਹ ਕੁੜੀ ਪਿੱਛੇ ਦੋਨੇ ਦਰਾਣੀ ਜਠਾਣੀ ਨਾਲ ਲੜ ਪੈਣ, ਕਿਤੇ ਮੁੰਡੇ ਨਾਲ ਨਾ ਲੜ ਪਈ ਉੱਥੇ ਬੈਠੇ ਨਾਲ, ਫਿਰ ਮਾਂ ਪਿਓ ਤਾਂ ਸਨ ਵਿਚਾਲੇ ਫਸ ਜਾਂਦਾ, ਮੈਂ ਤਾਂ ਕਿਸੇ ਨੂੰ ਕੁਛ ਕਹਿਣ ਜੋਗਰੀ ਨਹੀਂ। ਹਰਪ੍ਰੀਤ ਕੀ ਕਰੀ ਜਾਣੀ ਹੈ? ਕੁਛ ਨਹੀਂ, ਮੈਂ ਤਾਂ ਕੱਪੜੇ ਧੋ ਕੇ ਹਟੀ ਆਂਗੀ। ਆ ਜਾਓ ਇੱਧਰ ਆ ਜਾਓ, ਚੱਲ ਆ ਜਾਓ ਉਰੇ ਜੀ ਆ ਜਾਓ, ਇੱਥੇ ਤਾਂ ਧੁੱਪ ਵਾਲੀ ਆ ਮੰਜੇ ਤੇ। ਖੇਤ ਵਾਗੇ ਸੀ? ਹਾਂ, ਖੇਤ ਗੇੜਾ ਮਾਰ ਕੇ ਆਇਆ ਸੀਗਾ। ਤੇ ਭੈਣ ਆਈ ਨਹੀਂ ਕਾਲਜ? ਨਾ ਭੈਣ ਤਾਂ ਆਈ ਨਹੀਂ, ਗੱਲ ਕਰ, ਭੈਣ ਤਾਂ ਨਹੀਂ ਆਈ, ਉਹਨਾਂ ਦਾ ਫੋਨ ਆਇਆ ਸੀ ਬਾਈ ਉਹਨਾਂ ਦਾ ਛੋਟੇ ਦਾ। ਮਨਸਾਣਾ ਦਾ? ਕੀ ਕਹਿੰਦੇ ਸੀ ਬਾਈ? ਬਾਈ ਵੀ ਸੀ ਤੇ ਭੈਣ ਵੀ ਸੀ, ਉਹ ਤਾਂ ਕਹਿੰਦੇ ਵੀ ਭਾਈ ਮੈਂ ਕਹੀ ਆਖਿਆ ਸੀ ਮਾਂ ਭੈਣ ਬਾਰੇ ਕੋਈ ਮਾੜਾ ਮੋਟਾ ਸੋਚੋ, ਭਾਈ ਹੁਣ ਮਟਿਆਰ ਹੁੰਦੀ ਜਾਂਦੀ ਹੈ, ਦੇਖ ਸਾਨੂੰ ਵੀ ਫਿਕਰ ਹੈਗਾ। ਹਾਂ ਤੇ ਕਹਿੰਦੇ ਭਾਈ ਦੇਖ ਲਓ ਥਾਂ ਜਿਹਾ ਜਾਂ ਕੋਈ ਮਿਲਦਾ ਸਾਨੂੰ, ਮੁਲਾਜ਼ਮ ਭਾਲਣਾ ਸੀ ਤਾਂ ਅੱਧ ਲਾ ਦਾਂਗੇ, ਕਿੰਨੇ ਮਰਜ਼ੀ ਵਾਲਾ ਦੇਖ ਲਓ। ਗੱਲ ਤਾਂ ਫਿਰ ਉਹਨਾਂ ਦੀ ਖਰ ਠੀਕ ਹੈ। ਹਾਂ ਤੇ ਬਾਈ ਮੈਨੂੰ ਵੀ ਕਹਿੰਦਾ ਸੀਗਾ, ਤੇ ਮਹਾ ਬਾਈ ਅਸੀਂ ਪੜ੍ਹਾਈ ਵੀ ਕਰਾਉਨੇ ਆ, ਉਹ ਕਹਿੰਦਾ ਬਾਈ ਕੋਈ ਉੱਥੋਂ ਬਾਈ ਠੇਕਾ ਨਹੀਂ ਲੈਂਦਾ, ਹਿੱਸਾ ਨਹੀਂ ਲੈਂਦਾ। ਇਹ ਗੱਲ ਤਾਂ ਮੈਂ ਬੇਬੇ ਕੋਲੇ ਵੀ ਕਰੀ ਸੀ। ਅੱਛਾ, ਮੈਂ ਕਿਹਾ ਬੇਬੇ ਆਪਣਾ ਤਾਂ ਠੇਕਾ ਹਿੱਸਾ ਵੀ ਨਹੀਂ ਲੈਂਦੇ, ਚੱਲ ਵੀ ਪੜ੍ਹਾਈ ਵੀ ਆਪਾਂ ਕਰਾਉਨੇ ਆ। ਬੇਬੇ ਕਹਿੰਦੀ ਫਿਰ ਸਾਲ ਭਰ ਦੇ ਆਪਾਂ ਦਾਣੇ ਵੀ ਦਿੰਨੇ ਆ ਉਹਨੂੰ। ਚਲੋ ਫਿਰ ਕੱਲੇ ਦਾਣੇ ਹੀ ਦਿੰਨੇ ਆ। ਫਿਰ ਦਾਣੇ ਦਿੰਨੇ, ਦਾਣੇ ਕਿਹੜੇ ਐਵੇਂ ਆ ਜਾਂਦੇ ਐ? ਹਾਂ ਬਾਈ ਤਾਂ ਮੈਨੂੰ ਐ, ਬਾਈ ਕੋਲੇ ਮੈਂ ਦੱਸਿਆ ਸੀਗਾ ਮਹਾ ਬਾਈ ਲਾਗਤ ਖਰਚੇ ਤਾਂ ਬਾਹਲੇ ਨੇ ਤੇ ਆਮਦਨ ਘਟ ਜਾਂਦੀ ਐ, ਕੀ ਕਰੀਏ। ਉਹ ਕਹਿੰਦਾ ਬਾਈ ਤੂੰ ਆਪ ਹੀ ਆਮਦਨ ਘਟਾ ਰੱਖੀ ਹੈਗੀ। ਮਹਾ ਬਾਈ ਕੀ ਗੱਲ, ਕਹਿੰਦਾ ਬਾਈ ਆਪ ਦਾ ਤੂੰ ਪਿੰਡ ਦੇ ਕੰਮ ਕਰਦਾ ਫਿਰਦਾ ਰਹਿੰਦਾ ਹੈਗਾ ਤੇ ਤੂੰ ਸਿਰੀ ਰਲਾ ਲੈ। ਇਹ ਗੱਲ ਤਾਂ ਤੈਨੂੰ ਸਹੀ ਕਹੀ ਐ ਬਾਈ ਨੇ, ਇਹ ਤਾਂ ਮੈਂ ਵੀ ਕਹਿੰਦੀ ਆ, ਮੈਂ ਵੀ ਖਿਲਾਫ ਹਾਂ ਤੇਰੇ, ਪਿੰਡ ਚ ਚ ਉਧਰ ਚ ਕੁਝ ਨਹੀਂ ਮਿਲਦਾ। ਤੂੰ ਵੀ ਸਹਿਮਤ ਆ ਬਾਈ ਦੀ ਗੱਲ ਨਾਲ? ਹਾਂ ਸਹਿਮਤ ਐ ਗੱਲ ਨਾਲ ਮੈਂ। ਇਹਦਾ ਮਤਲਬ ਫਿਰ ਮੈਂ ਕੋਈ ਬੰਦਾ ਨਾਲ ਲਾਇਆ ਕਰਾਂ? ਨਾਲ ਬੰਦਾ ਤਾਂ ਤੂੰ ਨਾ ਰਲਾਇਆ ਕਰ, ਉਹ ਤਾਂ ਤੇਰੀ ਮਰਜ਼ੀ ਰਹੇਗੀ ਹੁਣ ਦੇਖ ਬੰਦੇ ਦੀ, ਤਾਂ ਜੇ ਤੂੰ ਨਾ ਰਲਾਵੇਂਗਾ ਬੰਦਾ ਤੇ ਤੈਨੂੰ ਹੀ ਰੁਪਏ ਬਚਣਗੇ, ਕੁਛ ਤਾਂ ਉਹ ਲੈਂਦੇ ਹੀ ਹੋ। ਉਹ ਤਾਂ ਠੀਕ ਹੈ, ਚੱਲ ਮੈਂ ਬਚਾ ਲੂੰਗਾ 1,00,000 ਰੁਪਇਆ ਬਚਾ ਲੂੰਗਾ। ਫਿਰ ਕੀ ਹੋ ਜੂ? ਹੁਣ ਕੰਮ ਕਰਦਾ ਨਹੀਂ ਆਪਣੇ ਨਾਲ, ਫਿਰ ਲੱਖ ਨਾਲ ਕੀ ਹੋ ਜੂਗੀ? 2,00,000 ਦੀ ਤਾਂ ਫਸਲ ਘਟ ਜੂਗੀ। ਲੱਖ ਨਾਲ ਤਾਂ 100 ਕੁਛ ਬਣ ਜਾਂਦਾ ਜੇ ਆਪਾਂ ਇਸ ਸਾਲ 1,00,000 ਜਮ੍ਹਾਂ ਕਰਾਂਗੇ, ਕਿੰਨੇ ਬਣ ਜਾਣਗੇ ਦੇਖ ਲੈ ਤੂੰ। ਉਹ ਤਾਂ ਠੀਕ ਹੈ, ਪਰ ਮੈਨੂੰ ਐਂ ਵੀ ਫਿਰ ਆਪਣੇ ਫਸਲ ਨਾ ਘਟ ਜੇ, ਦਾਣੇ ਘਟ ਵਿਕਣਗੇ। ਉਹ ਐਵੇਂ ਤੇਰਾ ਵਹਿਮ ਆ, ਉਹ ਤਾਂ ਬੰਦਾ ਬੰਦਾ ਰੱਖ ਲੈ ਨਾਲ ਕੰਮ ਕਰਾਉਣ ਨੂੰ, ਜਦੋਂ ਸੀਜ਼ਨ ਹੁੰਦਾ ਉਦੋਂ ਰੱਖ ਲੈ, ਜੀਰੀ ਵੇੜੀ ਲੋੜ ਪੈਂਦੀ ਹੈ ਜ਼ਿਆਦੇ ਬੰਦੇ ਦੀ। ਫਿਰ ਕੋਈ ਨਹੀਂ, ਇਸ ਵਾਰੀ ਦੇਖ ਲਾਂਗੇ, ਕੱਲੇ ਕਰਕੇ ਦੇਖ ਲਾਂਗੇ ਖੇਤੀ। ਜੇ ਚੱਲ ਐਂ ਤਾਂ ਬੇਬੇ ਨਾ ਕਰ ਲਈ ਰਹਿ, ਜਿਵੇਂ ਬੇਬੇ ਕਹੂਗੀ, ਮੈਂ ਤਾਂ ਕਹਿੰਦਾ ਬੇਬੇ ਤੋਂ ਵੱਡੀ ਆ। ਤੇ ਤੁਸੀਂ ਨਾ ਭੈਣ ਦਾ ਬੋਝ ਨਾ ਮੰਨਿਆ ਕਰੋ ਐਵੇਂ ਸਾਰਾ ਦਿਨ। ਬੋਝ ਤਾਂ ਫਿਰ ਹੁਣ ਹੋ ਹੀ ਜਾਂਦਾ, ਹੁਣ ਬੁੜੂੰਗਾ ਨੂੰ ਹੋਰ ਕੀ ਬੁੜੂੰਗਾ, ਤਾਂ ਇਹੀ ਸੋਚਦੇ ਆ। ਕਰਮ ਜਾਂਦੇ ਨੇ, ਆਪੀ ਕੋ ਖੁੰਝਾ ਜੰਮ ਪੂਗਾ। ਖੁੰਝਾ ਤਾਂ ਫੇਰ ਵੀ ਜੰਮੂਗਾ ਜੇ ਆਪਾਂ ਬੀਜਾਂਗੇ। ਹਾਂ ਜਦੋਂ ਆਉਣੇ ਅਗਰ ਤੁਸੀਂ ਇਹੀ ਗੱਲ ਕਰਦੇ ਨੇ ਸਾਰਾ ਦਿਨ, ਫਿਰ ਕਰੀਏ ਕੀ ਹੁਣ ਹੋਰ ਆ? ਤੂੰ ਤਾਂ ਬੇਫਿਕਰ
ਕੀ ਕਰਦੀ ਆ ਮਾਂ ਆਲੂ ਜੀਰੀਆਂ ਨੇ ਤੂੰ ਕੁੜੇ ਕੀ ਬੋਲਦੀ ਆਉਣੀ ਆ ਮੈਂ ਤਾਂ ਕਿਸੇ ਵੇ ਕਿੰਨੇ ਆ ਫਰੈਂਡ ਆਉਂਦੇ ਨੇ ਸਾਰੇ ਕੋਲ ਇੰਨੇ ਸੋਹਣੇ ਸੋਹਣੇ ਸੂਟ ਹੁੰਦੇ ਆ ਤਿੰਨ ਸੋਹਣੇ ਪਾ ਕੇ ਆਉਂਦੇ ਨੇ ਮੇਰੇ ਕੋਲ ਤਾਂ ਹੀ ਸੂਟ ਆ ਮੇਰੇ ਕੋਲ ਤਾਂ ਕੋਈ ਸੂਟ ਵੀ ਨਹੀਂ ਹੈਗੇ ਆ ਕੁੜੇ ਤੂੰ ਉਹਨਾਂ ਕੋਲੇ ਵਗ ਜਾ ਕਰ ਮਾਨਸਾ ਵਾਲੇ ਕੋਲੇ ਤੇਰੇ ਭਰਾ ਭਰਜਾਈ ਐ ਤੇ ਮਲਾਜ਼ਮ ਐ ਤੈਨੂੰ ਸੂਟ ਤਾਂ ਸਮਾ ਹੀ ਦੇਣ ਮਾਂ ਮੇਰੀ ਨੂੰ ਉਹਨਾਂ ਨਾਲ ਬੰਦ ਸੁਭਾਅ ਤੈਨੂੰ ਪਤਾ ਤਾਂ ਹੈਗਾ ਕਿ ਡਾਡ ਬਸਵਾ ਉਹਦਾ ਭਾਬੀ ਦਾ ਕੁਝ ਨਹੀਂ ਹੁੰਦਾ ਸੂਟ ਸਾਟ ਤਾਂ ਸਮਾ ਹੀ ਦੇਵੇ ਨਾ ਵੀ ਉਹ ਤਾਂ ਗੈਣ ਨੂੰ ਮੂੰਹ ਹੀ ਨਹੀਂ ਬੋਲਦੀ ਤੇ ਪਰੇ ਬਾ ਮੂੰਹ ਕਰਕੇ ਪਰੇ ਵਗ ਜਾਂਦੀ ਹੋਰ ਰੂਮ ਚ ਜਦ ਜਾਂਦੇ ਆਂਗੇ ਕਈ ਵਾਰ ਤਾਂ ਮੈਂ ਗਈ ਆਂਗੀ ਫਿਰ ਇੱਕ ਤਾਂ ਤੂੰ ਹਾਂ ਕਰਨ ਲੱਗ ਜਾਂਦੀ ਆ ਜੇ ਤੂੰ ਹੁਣ 2 ਦਿਨ ਰਹੇ ਤੇਰੇ ਚ ਕੋਈ ਮੋਹ ਪਵੇ ਉਹਨਾਂ ਦਾ ਨਾ ਮੈਂ ਨਹੀਂ ਤਾਂ ਜਾਂਦੀ ਮੇਰਾ ਤਾਂ ਜੀ ਲੱਗਦਾ ਹੈਗਾ ਆ ਹਰਪ੍ਰੀਤ ਭਾਬੀ ਤੇ ਮੇਰਾ ਇੰਨਾ ਕਰਦੀ ਹੈਗੀ ਚਲ ਮੈਨੂੰ ਆਇਆ ਕੋਈ ਪੋਸਟਾਂ ਪੋਸਟਾਂ ਭਰੀ ਜਾਂਦੇ ਆ ਕਿ ਕੋਈ ਪੋਸਟ ਨਿਕਲੇ ਉਹ ਨੰਬਰ ਪੈ ਜਾਊਗਾ ਹਨਾ ਤੇ ਸੂਟ ਆਪਾਂ ਲਿਆਵਾਂਗੇ ਫਿਰ ਸੂਟ ਤਾਂ ਕੋਈ ਨਾ ਰੱਬ ਸੁਣ ਲੈ ਪੋਸਟਾਂ ਭਰੀ ਜਾਂਦੇ ਮੈਂ ਤਾਂ ਅੱਜ ਫੇਰ ਭਰ ਕੇ ਆਈਆਂ ਪੋਸਟਾਂ ਆ ਗਈ ਬਈ ਹਾਂ ਆ ਗਈ ਠੀਕ ਆ ਬਈ ਆ ਚਾਹ ਪੀਆਂ ਨੇ ਰੋਟੀ ਬਣਾਵਾਂ ਬਈ ਨਾ ਰੋਟੀ ਤਾਂ ਨਹੀਂ ਮੈਂ ਖਾਣੀ ਇਹ ਭੁੱਖ ਤਾਂ ਬਣਾ ਦਈਏ ਹਾਂ ਮੈਂ ਤਾਂ ਭੁੱਖ ਨਹੀਂ ਚਾਹ ਪੀ ਲੂੰ ਬਸ ਮੈਂ ਚਲ ਚੰਗਾ ਚਾਹ ਪੀ ਲੈ ਚੰਗਾ ਆਏ ਹੁਣ ਤੂੰ ਇਹਦੇ ਕੋਲੇ ਰਹਿੰਦੀ ਐ ਇਹਨੂੰ ਤਾਂ ਤੇਰਾ ਮੋਹ ਐ ਹਾਂ ਫਿਰ ਇਹ ਤਾਂ ਤੇ ਜੇ ਤੂੰ ਉਹਦੇ ਕੋਲ 2-4 ਦਿਨ ਵਿੱਚ ਦੀ ਹਫਤੇ ਚ ਰਹੇ ਤਾਂ ਉਹਨੂੰ ਉਹਦਾ ਵੀ ਮੋਹ ਪੈ ਜੇ ਨਾ ਨਾ ਸੁਭਾਅ ਦਾ ਬਾਲਾ ਫਰਕ ਆ ਹਰਪ੍ਰੀਤ ਭਾਬੀ ਦਾ ਤੇ ਉਹ ਭਾਬੀ ਦਾ ਤਾਂ ਉਹ ਤਾਂ ਉਹੀ ਨੂੰ ਦੇਖ ਕੇ ਕਿਸੇ ਨੂੰ ਰਾਜੀ ਹੈਗੀ ਉਹ ਕਿੱਥੋਂ ਕਿਸੇ ਨੂੰ ਦੇਖ ਕੇ ਰਾਜੀ ਆ ਉਹ ਬਾਈ ਫਿਰ ਉਹਦੀ ਬੰਦੀ ਹੋਵੇ ਇੱਥੇ ਨਾ ਰਹੇ ਆਪਣੇ ਕੋਲੇ ਉਹ ਕਿਉਂ ਐਡੀ ਦੂਰੀ ਆ ਕੇ ਬੈਠੀ ਹੈਗੀ ਉਹ ਬਾਈ ਸ਼ਹਿਰਾਂ ਚ ਰਹਿ ਕੇ ਅਗਲਾਈ ਹੋ ਜਾਂਦਾ ਬਸ ਸ਼ਹਿਰ ਵਾਲੇ ਹੀ ਹੁੰਦੇ ਹੈਗੇ ਸ਼ਹਿਰ ਵਾਲੇ ਨਹੀਂ ਕਿਸੇ ਨੂੰ ਬੁਲਾਉਂਦੇ ਹੈਗੇ ਉਹਦਾ ਸਵਾਹ ਹੈ ਨਹੀਂ ਕਿਸੇ ਕੰਮ ਦਾ ਮੈਂ ਇੱਥੇ ਮੈਂ ਤਾਂ ਨਹੀਂ ਉੱਥੇ ਜਾਂਦੀ ਹੈਗੀ ਨਹੀਂ ਮੇਰੇ ਜੀ ਕਰਦਾ ਜਾਣ ਨੂੰ ਉੱਥੇ ਮਰਜੀ ਆ ਭਾਈ ਤੇਰੀ ਨਾ ਮੇਰਾ ਤਾਂ ਬੇਬੇ ਜੀ ਨਹੀਂ ਲੱਗਦਾ ਉੱਥੇ ਮੈਂ ਤਾਂ ਮੰਮਾ ਇੱਥੇ ਜੀ ਲੱਗਦਾਗਾ ਮੈਂ ਨਹੀਂ ਜਾਂਦੀ ਉੱਥੇ ਚੰਗਾ ਮਾਂ ਮੈਂ ਤਾਂ ਫਿਰ ਅੰਦਰ ਜਾ ਕੇ ਪੜ੍ਹਾਈ ਕਰਦੀ ਆਂ ਗਿਆ ਪੜ ਲੈ ਭਾਈ ਚੰਗਾ ਭਾਂਡੇ ਜੀ ਤਾਂ ਫੇਰ ਹੀ ਧੋਉਂਗੀ ਪਹਿਲਾਂ ਮੈਂ ਬੇਬੇ ਕੋਲੇ ਪੁੱਛਦੀ ਆਂ ਜਾ ਕੇ ਵੀ ਅਮਨ ਕੀ ਕਹੀ ਜਾਂਦੀ ਸੀ ਵਾੜੀ ਕੋਣ-ਕੋਣ ਜੀ ਕਰੀ ਜਾਂਦੀ ਸੀ ਬੇਬੇ ਹਾਂ ਅਮਨ ਕੀ ਕਹੀ ਜਾਂਦੀ ਸੀ ਤੈਨੂੰ ਵਾੜੀ ਕੋਣ-ਕੋਣ ਜੀ ਕਰੀ ਜਾਂਦੀ ਸੀ ਮੈਂ ਤਾਂ ਫਿਰ ਐ ਨਹੀਂ ਆਈ ਮੈਂ ਕਿ 100 ਗੱਲ ਹੁੰਦੀ ਆ ਮਾਵਾਂ ਧੀਆਂ ਦੀ ਚੱਲ ਕਰ ਲਾਂਦੇ ਕੁੜੇ ਅਮਨ ਤਾਂ ਹੀ ਕਹਿੰਦੀ ਸੀ ਕਹਿੰਦੀ ਮੇਰੀਆਂ ਸਾਰੀਆਂ ਸਹੇਲੀਆਂ ਦੇ ਨਾਲ ਦੀਆਂ ਕੁੜੀਆਂ ਦੇ ਬਲਾਈ ਸੋਹਣੇ ਸੂਟ ਪਾਏ ਹੁੰਦੇ ਆ ਤੇ ਮੇਰੇ ਆਹੀ ਇੱਕ ਹੈ ਕਹਿੰਦੀ ਤੋ ਜਾਨੀ ਆ ਤੇ ਪਾ ਜਾਨੀ ਆ ਬੇਬੇ ਮੈਨੂੰ ਕਦੇ ਉਹਨੇ ਕਹੀ ਨਹੀਂਗਾ ਵੀ ਮੇਰੇ ਕੋਲ ਸੂਟ ਇੰਨੇ ਮੈਥੋਂ ਲੈ ਲਾਂਦੀ ਕੋਈ ਕੁੜੇ ਮੇਰਾ ਤਾਂ ਤੈਨੂੰ ਪੀਰ ਕਹਿਣ ਨੂੰ ਜੀ ਨਹੀਂ ਕਰਦਾ ਤੁਹਾਨੂੰ ਤਾਂ ਅੱਗੇ ਅਮਨ ਦਾ ਬਾਲਾ ਬੋਝ ਬਣਿਆ ਪਿਆ ਨਾ ਨਾ ਬੇਬੇ ਲੀੜਾ ਕੱਪੜਾ ਤਾਂ ਉਹੀ ਗੱਲ ਫਿਰ ਕੁੜੀ ਨੇ ਪਾਉਣੀ ਆ ਵਿਚਾਰੀ ਨੇ ਲੀੜ ਕਿੱਥੋਂ ਪਾਵੇ ਤੇ ਜੇ ਹੁਣ ਕੋਈ ਮਾੜਾ ਮੋਟਾ ਉਹ ਸੋਚਣ ਉਹ ਮਲਾਜ਼ਮ ਨੂੰ ਉਹ ਵੀ ਦੇ ਹੀ ਸਕਦੇ ਆ ਸੂਟ ਤਾਂ ਇੱਕ ਅੱਧਾ ਨਾ ਨਾ ਬੇਬੇ ਉਹ ਕਿੱਥੇ ਕਰਦੀ ਏ ਜੇ ਉਹ ਕਰਨ ਵਾਲੀ ਹੁੰਦੀ ਤਾਂ ਉਹ ਐਂ ਕਿਉਂ ਕਰਦੀ ਆਪਣੇ ਨਾ ਚਲ ਐਂ ਬੇਬੇ ਮੈਨੂੰ ਸੌਣ ਜੇ ਜੀ ਦਿੱਤਾ ਸੀ ਮੇਰੀ ਮਾਂ ਨੇ ਬਲਾਈ ਸੋਹਣਾ ਸੂਟ ਹੈ ਉਹ ਦੇ ਦਾਨੀ ਆ ਮਾਂ ਨੂੰ ਕੁੜੇ ਤੈਨੂੰ ਵੀ ਤੇਰੀ ਮਾਂ ਨੇ ਜੀ ਕਰਕੇ ਦਿੱਤਾ ਏ ਮੇਰੇ ਤੇ ਬੇਬੇ ਫਿਰ ਮੈਂ ਵੀ ਤਾਂ ਜੀ ਕਰਕੇ ਦਿੰਨੀ ਆ ਮਾਂ ਨੂੰ ਮੈਂ ਪਾ ਲਿਆ ਕਿ ਅਮਨ ਨੇ ਪਾ ਲਿਆ ਨਾਲੇ ਮੈਂ ਕਿੱਥੇ ਜਾਣਾ ਮੈਂ ਤਾਂ ਹੀ ਘਰੇ ਘਰ ਦੇ ਕੰਮ ਕਰਨੇ ਚਲ ਭਾਈ ਮੇਰਾ ਤਾਂ ਤੈਨੂੰ ਐਵੇਂ ਆਖਾ ਕਹਿਣ ਨੂੰ ਜੀ ਨਹੀਂ ਕਰਦਾ ਵੀ ਤੂੰ ਕੋਲੋਂ ਸੂਟ ਦੇ ਤੇਰੀ ਮਰਜ਼ੀ ਨਹੀਂ ਬੇਬੇ ਜੇ ਲਿਆ ਕੇ ਦੇਵਾਂਗੇ ਫਿਰ ਵੀ ਆਪਣੇ ਪੈਸੇ ਲੱਗਣਗੇ ਬੇਬੇ ਉਹ ਤਾਂ ਫਿਰ ਤੈਨੂੰ ਆਪ ਹੀ ਪਤਾ ਤੇਰੇ ਹੀ ਘਰ ਲੱਗਣਾ ਕਿਸੇ ਪਾਸੇ ਆਪਣੇ ਹਰਾਮ ਦੀ ਕਬੀਲਦਾਰੀ ਦਾ ਆਪ ਹੀ ਪਤਾ ਹੁੰਦਾ ਆਪ ਹੀ ਪਤਾ ਹੁੰਦਾ ਨਾ ਮੈਂ ਉਹ ਸੂਟ ਦੇ ਦੂੰਗੀ ਅਮਨ ਨੂੰ ਮੈਂ ਪੁੱਛ ਲੈਣੀ ਆ ਪੁੱਛ ਲੈ ਭਾਈ ਚਲ ਫਿਰ ਆਦਾ ਬਣਾਉਣਾ ਦੇ ਆਉਗੀ ਉਹ ਅਸੀਂ ਲੈ ਜੂਗੀ ਨਾਲ ਹੀ ਸ਼ਹਿਰ ਤੋਂ ਸਮਾਲੂਗੀ ਮਰਜ਼ੀ ਆ ਤੇਰੀ ਮੇਰਾ ਤਾਂ ਤੈਨੂੰ ਕਹਿਣ ਨੂੰ ਜੀ ਨਹੀਂ ਕਰਦਾ ਨਾ ਬੇਬੇ ਫੇਰ ਕੀ ਹੋ ਗਿਆ ਜੇ ਤੇ ਕਹਿਤਾ ਮੈਨੂੰ ਕੀ ਕਹਾਂ ਇਹਨੂੰ ਇਹਨੂੰ ਤਾਂ ਆਪ ਹੀ ਬੋਝ ਬਣਿਆ ਰਹਿੰਦਾ ਸਾਰਾ ਦਿਨ ਜਦੋਂ ਉਹਨਾਂ ਨੇ ਤਾਂ ਕੋਈ ਸਹਾਰਾ ਲਵਾਉਣਾ ਨਹੀਂ ਹੁਣ ਜਦੋਂ ਅਸੀਂ ਮਾਵਾਂ ਧੀਆਂ ਇੱਥੇ ਬੈਠੀਆਂ ਤੇ ਬਸ ਇਹਨਾਂ ਨੂੰ ਸੋਚ ਆ ਸਾਡੀ ਅਮਨ ਕੋਲੇ ਜਾ ਕੇ ਆਉਣੀ ਲੈ ਉਹਨੂੰ ਪੁੱਛਦੀ ਆਂਗੀ ਅਮਨ ਨੇ ਕਰ ਲਈ ਪੜ੍ਹਾਈ ਬਈ ਹਾਂ ਬਈ ਕਰ ਲਈ ਆ ਸ਼ੂਟ ਤੂੰ ਕਰੀ ਪਾ ਲਿਆ ਕਰ ਹੁਣ ਪੁਰਾਣਾ ਜਿਹਾ ਹੋਇਆ ਪਿਆ ਤੇਰਾ ਫਿਰ ਮੈਂ ਕਾਲਜ ਜਾਂਦੀ ਕੀ ਪਾਉਂਗੀ ਕਾਲਜ ਜਾਂਦੀ ਤਾਂ ਨਾ ਮੇਰੇ ਕੋਲੇ ਪਿਆ ਤੈਨੂੰ ਮੈਂ ਲਿਆ ਕੇ ਦਿਖਾਉਣੀ ਜੀ ਤੇਰੇ ਪਸੰਦ ਹੋਇਆ ਉਹ ਸਮਾ ਲਈ ਨਾ ਕੋਈ ਨਾ ਤੁਸੀਂ ਉਹ ਤੁਸੀਂ ਆਪਸ ਮਿਲ ਲਓ ਭਾਬੀ ਇਹ ਤਾਂ ਮੈਂ ਤਾਂ ਆਪ ਹੀ ਅਸੀਂ ਹੀ ਪਾ ਕੇ ਲੈ ਜਾਵਾਂਗੀ ਨਾ ਨਾ ਮੈਂ ਤੈਨੂੰ ਲਿਆ ਕੇ ਦਿਖਾਉਣੀ ਆਂਗੀ ਬਈ ਕੋਈ ਨਹੀਂ ਤੁਸੀਂ ਆਪਸ ਮਿਲ ਲਓ ਫੇਰ ਕਿਉਂ ਬਈ ਮੈਂ ਪਾ ਲੈ ਜਾਂ ਤੈਂ ਪਾ ਲੈ ਮੈਂ ਤੈਨੂੰ ਲਿਆ ਕੇ ਦਿਖਾਉਣੀ ਜੀ ਤੇਰੇ ਪਸੰਦ ਹੋਇਆ ਤਾਂ ਰੱਖ ਲਈ ਦਿਖਾ ਲਿਆਉਣੀ ਆ ਆ ਦੇਖ ਹਮਨੇ ਦੇਖੀ ਰੰਗ ਸੋਹਣਾ ਨੇ ਤੇਰੇ ਪਾਉਣ ਵਾਲੇ ਦਾ ਹਾਂ ਸੂਟ ਤਾਂ ਸੋਹਣਾ ਤੁਹਾਡੀ ਮੰਮੀ ਦੇ ਕੇ ਗਈ ਸੀਗੀ ਹਾਂ ਸੋਹਣਾ ਤੁਸੀਂ ਸਮਾ ਲਾਂਦੇ ਨਾ ਨਾ ਫੇਰ ਕੀ ਹੋਗਾ ਜੇ ਤੂੰ ਪਾ ਲੇਂਗੀ ਆ ਤੂੰ ਆਹੀ ਦੇਸੀ ਜੀ ਚੁੰਨੀ ਲੈ ਕੇ ਤੁਰੀ ਫਿਰਦੀ ਇਹਦੇ ਨਾਲ ਦੇਖੀ ਕਿੱਡੀ ਸੋਹਣੀ ਚੁੰਨੀ ਹੈਗੀ ਚੁੰਨੀ ਦਾ ਪੈਂਟ ਸੋਹਣਾ ਹੈ ਤੂੰ ਸ਼ਹਿਰ ਲੈ ਗਈ ਉੱਥੋਂ ਸ਼ਹਿਰੋਂ ਸਮਾ ਲੇ ਉੱਤੇ ਲੈ ਕੇ ਦੇਖ ਕਿੱਡੀ ਸੋਹਣੀ ਲੱਗਦੀ ਹੈ ਨਾ ਚੁੰਨੀ ਤਾਂ ਸੋਹਣੀ ਹੈ ਨਾ ਨਹੀਂ ਕਾਲਜਾਂ ਦੀਆਂ ਕੁੜੀਆਂ ਦੇ ਤਾਂ ਇਹੀ ਜੀ ਸੋਹਣੇ ਲੱਗਦੇ ਹੁੰਦੇ ਸਾਡੇ ਮੇਰੇ ਤਾਂ ਫਰੈਂਡ ਸਾਰਿਆਂ ਦੇ ਇਹੀ ਪਾਏ ਹੁੰਦੇ ਆ ਸੂਟ ਨਾ ਫਿਰ ਤੂੰ ਐ ਕਰ ਤੇ ਤੂੰ ਉੱਥੇ ਹੀ ਸਮਾ ਲਈ ਨਹੀਂ ਮੈਂ ਤਾਂ ਛੁੱਟੀ ਵਾਲੇ ਦਿਨ ਆਪ ਹੀ ਸਿਆਉਂਗੀ ਸਿਓ ਲੇਂਗੀ ਇੱਕ ਦਿਨ ਚ ਸਿਆਉਂਗੀ ਚੱਲ ਮੈਨੂੰ ਐ ਸ਼ਿਵਾ ਤੇਰੀ ਪੜ੍ਹਾਈ ਖਰਾਬ ਹੋਊਗੀ ਨਾ ਕੋਈ ਨਾ ਫਿਰ ਮੈਂ ਤੁਸੀਂ ਕਿਹੜਾ ਮੈਨੂੰ ਕੰਮ ਨੂੰ ਕਹਿੰਦੇ ਹੋਗੇ ਤੇ ਕੰਮ ਦਾ ਤੁਸੀਂ ਦੇਖ ਆਪ ਹੀ ਕਰ ਲਾਂਗੇ ਕੰਮ
ਲੈ ਫਿਰ ਮੈਂ ਉੱਥੇ ਧਰਿਆ ਨੇ ਟੇਬਲ ਤੇ ਤੂੰ ਛੁੱਟੀ ਵਾਲੇ ਦਿਨ ਕੱਟ ਲਈ ਚੰਗਾ ਛੁੱਟੀ ਵਾਲੇ ਦਿਨ ਕੱਟ ਲੂੰਗੀ ਚੰਗਾ ਵੀ ਠੀਕ ਆ ਲੈ ਚੱਲ ਮੰਨ ਤਾਂ ਗਈ ਵਿਚਾਰੀ ਹਰਪ੍ਰੀਤ मैं ਬੇਲਾ ਫਿਰਦਾਂਗਾ ਹੋਰ ਕੀ ਕਰਦਾਂ ਸੋਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਮੈਨੂੰ ਤਾਂ ਕਿ ਮੈਂਬਰੀ ਸਰਪੰਚੀ ਚੱਸ ਹੈ ਥੋੜੀ ਤਾਂ ਕੰਮ ਕਰਾਉਂਦਾ ਫਿਰਦਾ ਬਸ ਗੁਰੂ ਬਾਬਾ ਗੁਰੂ ਸਾਨੂੰ ਤਾਂ ਮੈਂਬਰੀ ਸਰਪੰਚੀ ਦੀ ਲੋੜ ਨਹੀਂ ਐਵੇਂ ਜਿਕਰੀ ਆਉਦਾ ਸਾਦਾ ਬੰਦਾ ਬਣ ਕੇ ਰ ਮੈਂਬਰੀ ਸਰਪੰਚੀ ਚ ਕੁਝ ਨਹੀਂ ਪਿਆ ਜਦੋਂ ਮੈਂ ਸਾਦਾ ਬੰਦਾ ਸੀ ਨਾ ਖੇਤ ਮਿੱਟੀ ਨਾਲ ਮਿੱਟੀ ਹੁੰਦਾ ਸੀਗਾ ਮੈਨੂੰ ਪਿੰਡ 'ਚ ਜਾਣਦੇ ਵੀ ਨਹੀਂ ਸੀਗੇ ਬੰਦੇ ਅੱਧਾ ਪਿੰਡ ਤਾਂ ਮੈਨੂੰ ਜਾਣਦਾ ਵੀ ਨਹੀਂ ਸੀਗਾ ਹੁਣ ਕੰਮ ਕਰਾਇਆ ਪਿੰਡ ਦੇ ਤਾਂ ਰੋਟੀਆਂ ਨਹੀਂ ਵੇਖੀਆਂ ਇਹਨਾਂ ਰੋਟੀਆਂ ਤਾਂ ਆਪ ਨੂੰ ਘੁਮਾ ਕੇ ਖਾਣੀਆਂ ਪੈਂਦੀਆਂ ਤੇ ਮੈਨੂੰ ਐ ਲੱਗਦਾ ਤੂੰ ਬੇਬੇ ਨੂੰ ਨਾ ਦੱਸੀ ਕਿਤੇ ਜਦੋਂ ਤੂੰ ਹੀ ਐ ਕਹਿਣ ਲੱਗੀ ਮੈਨੂੰ ਮੈਂਬਰੀ ਸਰਪੰਚੀ ਬੇਬੇ ਨੇ ਲੈਣੀ ਨਹੀਂ ਦੇਣੀ ਲੈ ਬੇਬੇ ਕੋਲੇ ਤਾਂ ਹੁਣ ਮੈਂ ਗੱਲ ਕਰੂੰਗੀ ਕਰੂੰਗੀ ਬੇਬੇ ਨੂੰ ਕਿਵੇਂ ਨਹੀਂ ਦੱਸੂਗਾ ਮੈਨੂੰ ਦੱਸ ਤਾਂ ਦੇ ਹਾਂ ਪਹਿਲਾਂ ਬਾਈ ਕਹੀ ਜਾਂਦਾ ਕਹਿੰ ਤੂੰ ਤਾਂ ਪਿੰਡ ਦੇ ਕੰਮ ਕਰਦਾ ਫਿਰਦਾ ਰਹਿਣਾਗਾ ਸੀਰੀ ਨਾਲ ਰਲਾਇਆ ਕਰ ਉਹਨੂੰ ਵੀ ਪਤਾ ਨਹੀਂ ਆਈ ਹੈਗਾ ਦੇਖ ਮੈਂ ਤੈਨੂੰ ਦੱਸਿਆ ਮੈਂਬਰੀ ਸਰਪੰਚੀ ਤੋਂ ਦੂਰ ਰਹਿ ਮੈਂ ਮੈਂਬਰੀ ਸਰਪੰਚੀ ਨਹੀਂ ਲੈਣੀ ਹੁੰਦੀ ਬੇਬੇ ਨਾਲ ਮੈਂ ਹੁਣੀ ਗੱਲ ਕਰੂੰ ਕੋਈ ਨਹੀਂ ਆਇਆ ਤਾਂ ਮੇਰੇ ਕੋਲ ਬਾਈ ਦਾ ਫੋਨ ਆਇਆ ਸੀਗਾ ਤੇ ਮੈਂ ਬੇਬੇ ਨਾਲ ਗੱਲ ਕਰਨੀ ਸੀ ਇੱਕ ਨਾ ਬੇਬੇ ਦੇ ਪੁੱਛੇ ਬਿਨਾ ਕੁਝ ਨਹੀਂ ਕਰਨਾ ਮੈਂ ਤੈਨੂੰ ਦੱਸਾਂ ਆਦੀ ਮੈਂਬਰੀ ਸਰਪੰਚੀ ਲੈਣੀ ਹੈ ਨਾ ਜੇ ਬੇਬੇ ਹਾਂ ਕਰਦੀ ਹੈ ਤਾਂ ਲੱਗ ਜੀ ਨਹੀਂ ਮੈਂ ਨਹੀਂ ਲੈਣ ਲੂਣ ਦਿੰਦੀ ਉਹ ਤਾਂ ਕਬੀਲਦਾਰੀ ਦੇ ਗੱਲ ਸੀਗੀ ਹੋਰ ਕੋਈ ਮੈਂਬਰੀ ਸਰਪੰਚੀ ਦੀ ਗੱਲ ਨਹੀਂ ਹੈਗੀ ਸੀਗੀ ਆ ਹੁਣ ਤਾਂ ਤੂੰ ਮੈਂਬਰੀ ਸਰਪੰਚੀ ਚੱਕੀ ਬੈਠੇ ਚਲੋ ਤਾਂ ਫਿਰ ਹੁਣ ਜਦੋਂ ਮੈਂ ਕੰਮ ਕਰ ਦਾਂਗਾ ਬੇਲਾ ਹੋਣਾਗਾ ਕੰਮ ਕਰਾ ਦੇਣਾ ਕੀ ਗੱਲ ਹੈ ਨਾ ਮੈਂਬਰੀ ਸਰਪੰਚੀ ਦੀ ਤਾਂ ਤੈਨੂੰ ਹੋਗੀ ਕੁੜੀ ਦੀ ਤੈਨੂੰ ਫਿਕਰ ਨਹੀਂ ਤੁਸੀਂ ਤਾਂ ਐਵੇਂ ਫਿਕਰ ਕਰੀ ਜਾਂਦੇ ਹੋ ਲੈ ਕੋਈ ਅਜੇ ਤਾਂ ਕਰਮ ਹੁੰਦੇ ਨੇਗੇ ਆਪਦੇ ਹੈ ਕਰਮ ਲੈ ਕੇ ਜਾਂਦੀਆਂ ਨੇ ਧੀਆਂ ਕਰਮ ਵੀ ਤਾਂ ਫਿਰ ਕਿਸੇ ਹਿਸਾਬ ਨਾਲ ਹੀ ਹੁੰਦੇ ਨਾ ਹੁਣ ਜੇ ਤੂੰ ਸਰਪੰਚ ਬਣ ਕੇ ਬਹਿ ਗਿਆ ਤੁਰਿਆ ਫਿਰੀ ਕੋਈ ਨਹੀਂ ਮੈਂ ਬੇਬੇ ਨਾਲ ਗੱਲ ਕਰੂੰਗਾ ਬਾਈ ਦਾ ਫੋਨ ਆਇਆ ਸੀ ਅੱਜ ਬੇਬੇ ਕਿੱਥੇ ਐ ਬੇਬੇ ਤਾਂ ਇਧਰੀ ਬਾਹਰ ਨੂੰ ਗਈ ਹੋਈ ਐ ਹੈ ਨਹੀਂ ਕਰੇ ਮੈਂ ਕਦੋਂ ਦਾ ਆਊਗੀ ਮੇਰੀ ਗੱਲ ਕਰਾਈ ਉਹਦੀ ਬੇਬੇ ਨਾਲ ਲੈ ਗੱਲ ਕਰਵਾਉਣ ਨੂੰ ਬੇਬੇ ਦੱਸ ਕਿ ਨੰਦਨ ਸ਼ਹਿਰ ਗਈ ਐ ਇੱਥੇ ਗਈ ਐ ਮੁੜ ਕੇ ਆਜੂ ਕਰ ਲਈ ਗੱਲ ਚਲ ਮੈਂ ਕਰਦਾ ਗੱਲ ਅੱਜ ਹੀ ਕਰੂੰਗਾ ਕਰ ਲਈ ਹੁਣ ਇਹ ਮੈਂਬਰ ਸਰਪੰਚ ਬਣਨ ਚੱਲ ਪਿਆ ਮੈਂ ਬੇਬੇ ਨੂੰ ਕਹਿ ਕੇ ਤੈਨੂੰ ਹੁਣੀ ਕਰਾਉਣੀ ਐ ਮੈਂਬਰ ਸਰਪੰਚੀ ਦਵਾਉਣੀ ਐ ਤੈਨੂੰ ਮੈਂ ਬੇਬੇ ਬੈਂਗਣੀ ਚੀਰਨ ਲੱਗ ਗਈ ਬੈਂਗਣੀ ਚੀਰਨ ਲੱਗ ਗਈ ਭਾਈ ਬੇਬੇ ਮੈਂ ਤਾਂ ਹਰਪ੍ਰੀਤ ਨੂੰ ਵੀ ਕਿਹਾ ਸੀਗਾ ਹਾਂ ਮੈਂ ਕਿਹਾ ਮੈਨੂੰ ਤਾਂ ਫੁਰਸਤ ਨਹੀਂ ਮਿਲਦੀ ਹਨਾ ਸਾਂਝੇ ਕੰਮਾਂ ਚੋਂ ਤੇ ਬੇਬੇ ਨਾਲ ਮੈਂ ਗੱਲ ਕਰਨੀ ਸੀ ਇੱਕ ਮੈਂ ਕੀ ਕਰਨੀ ਆ ਬੇਬੇ ਮੈਂ ਗੱਲ ਕੀ ਦੱਸਾਂ ਗੱਲ ਤਾਂ ਵਧੀਆ ਹੈਗੀ ਹਾਂ ਤੇ ਤੁਸੀਂ ਰੋਜ਼ ਕਹਿੰਦੀਆਂ ਸੀਗੀ ਵੀ ਭੈਣ ਦਾ ਫਿਕਰ ਨਹੀਂ ਕਰਦਾ ਕੋਈ ਥਾਂ ਨਹੀਂ ਦੇਖਦਾ ਹਾਂ ਕਿਸੇ ਨੇ ਦੱਸ ਪਾਈ ਸੀਗੀ ਥਾਂ ਵਧੀਆ ਸੀਗਾ ਅੱਛਾ ਤੇ ਕਹਿੰਦੇ ਵੀ ਚਲੋ ਤੁਹਾਡੀ ਕੁੜੀ ਪੜ੍ਹੀ ਲਿਖੀ ਹੈ ਵੀ ਨੌਕਰੀ ਵੀ ਮਿਲ ਜੂ ਉਹਨੂੰ ਤੇ ਬਾਲੇ ਰੁਪਏ ਤਾਂ ਉਹਨਾਂ ਨੇ ਮੰਗੇ ਨਹੀਂ ਕਿੰਨੇ ਕ ਮੰਗੇ 12 ਲੱਖ ਰੁਪਇਆ ਮੰਗੇ ਭਾਈ ਆਪਾਂ ਨੂੰ 12 ਹੀ ਬਾਲਾ ਲੱਗੂ ਤੇ ਬੇਬੇ 12 ਤਾਂ ਚੱਲ ਮੈਨੂੰ ਐ ਸੀਗਾ ਵੀ ਬਾਈ ਰੋਜ਼ ਹੀ ਕਹਿੰਦਾ ਸੀ ਵੀ ਅੱਧੇ ਰੁਪਏ ਲਾ ਦੂਗਾ ਉਹ ਹਾਂ ਫਿਰ ਅੱਧੇ ਤਾਂ ਲਾਊਗਾ ਅੱਧੇ ਨਹੀਂ ਬੇਬੇ ਲਾਉਂਦਾ ਉਹ ਕੀ ਗੱਲ ਉਹਨੇ ਤਾਂ ਹੋਰ ਹੀ ਗੱਲ ਕਹੀ ਦੀ ਮੈਨੂੰ ਕੀ ਆ ਦਾ ਮੈਨੂੰ ਤਾਂ ਫਿਕਰ ਜਾ ਲੱਗਿਆ ਪਰ ਉਹਦਾ ਗੱਲ ਆਪਾਂ ਨੂੰ ਤਾਂ ਇਹੀ ਮੈਂ ਤਾਂ ਇਹੀ 6 ਲੱਖ ਕਿੱਥੋਂ ਲਾਉਂ ਮੈਂ ਹਾਂ ਤੇ ਉਹਦਾ ਮੈਨੂੰ ਕਹਿੰਦਾ ਵੀ ਤੂੰ ਬੇਬੇ ਦਾ ਹਿੱਸਾ ਵੀ ਪਾਉਣਾ ਹੈਗਾ ਅੱਛਾ ਵੀ ਤਿੰਨ ਹਿੱਸੇ ਪਾਵਾਂਗੇ ਵੀ ਤੁਸੀਂ 8 ਲੱਖ ਤਾਂ ਤੁਸੀਂ ਲਾਓ ਮੈਂ ਤਾਂ 4 ਹੀ ਲਾਉਂਗਾ ਉਹ ਤਾਂ ਐਂ ਕਹਿੰਦਾ ਬੇਬੇ ਫਿਰ ਇਹ ਤਾਂ ਕੰਮ ਹੀ ਗਲਤ ਹੋ ਗਿਆ ਹਨਾ ਹਾਂ ਬੇਬੇ ਅੱਜ ਅੱਜ ਤੱਕ ਤਾਂ ਪੱਧ ਕਹੀ ਜੇ ਅੱਧ ਲਾਊਗਾ ਉਹ ਅੱਧ ਲਾਊਗਾ ਉਹਦੇ ਦੀ ਕਹਿੰਦਾ ਸੀ ਵੀ ਅੱਧੇ ਤਾਂ ਲਾਉਂਗਾ ਹਾਂ ਬੇਬੇ ਹੁਣ ਪਤਾ ਨਹੀਂ ਉਹਨੇ ਆ ਕੀ ਗੱਲ ਜੀ ਕਹਿੰਦੇ ਮੈਨੂੰ ਚੱਲ ਕੋਈ ਨਾ ਫਿਰ ਤੂੰ ਸੋਚ ਨਾ ਕਰ ਮੈਂ ਤੇਰੇ ਮਾਮੇ ਨਾਲ ਗੱਲ ਕਰੂੰ ਹਾਂ ਬੇਬੇ ਉਹ ਤਾਂ ਠੀਕ ਹੈ ਗੱਲ ਤਾਂ ਜੀ ਤੇ ਪਰ ਮੈਨੂੰ ਫਿਕਰ ਜਾਂ ਤਾਂ ਹੋ ਹੀ ਗਿਆ ਵੀ ਆਪਾਂ ਤਾਂ 6 ਵੀ ਬੜਾ ਸਮਝਦੇ ਸੀਗੇ ਕੋਈ ਨਾ ਫਿਰ ਐਡਾ ਬੋਝ ਤੇਰੇ ਤੇ ਵੀ ਨਹੀਂ ਮੈਂ ਸਿੜਦੀ ਠੀਕ ਹੈ ਬੇਬੇ ਤੇ ਮੈਂ ਤੇਰੇ ਮਾਮੇ ਨਾਲ ਗੱਲ ਕਰ ਲਾਂ رائے ਕਰ ਲਾਂ ਫਿਰ ਮੈਂ ਤੈਨੂੰ ਦੱਸ ਦਈਆਂ ਕੋਈ ਨਾ ਚੱਲ ਠੀਕ ਹੈ ਬੇਬੇ ਮੇਰੇ ਮਾਮੇ ਨਾਲ ਤੂੰ رائے ਕਰਕੇ ਫੋਨ ਤੇ ਗੱਲ ਕਰ ਲਈ ਬੇਬੇ ਫੋਨ ਤੇ ਕਰੂੰ ਹਾਂ ਫੋਨ ਲਵਾ ਲਈ ਹਰਪ੍ਰੀਤ ਤੋਂ ਕੋਈ ਨਹੀਂ ਫੋਨ ਤੇ ਗੱਲ ਕਰ ਲਈ ਠੀਕ ਹੈ ਬੇਬੇ ਲੈ ਕੀ ਗੱਲ ਹੋਈ ਮੈਂ ਤਾਂ ਉਦੋਂ ਦੀ ਕਹਿੰਦੀ ਸੀ ਵੀ ਅੱਧੇ ਪੈਸੇ ਲਾਊਗਾ ਅੱਜ ਤੀਜੇ ਹਿੱਸੇ ਤੇ ਆ ਗਿਆ ਚੱਲ ਕੋਈ ਨਾ ਹੱਲ ਲੱਭੂਗੀ ਕੋਈ ਤਾਂ ਫਿਰ ਹਰਪ੍ਰੀਤ ਉਰੇ ਆ ਮੇਰੀ ਗੱਲ ਸੁਣ ਆ ਗਈ ਬੇਬੇ ਕੀ ਕਹਿਨੀ ਹੈ ਬੇਬੇ ਤੇਰ ਮਾਮੇ ਦਾ ਫੋਨ ਲਾ ਕੇ ਦੇ ਮੈਨੂੰ ਗੱਲ ਕਰਨੀ ਮਾਮੇ ਨਾਲ ਗੱਲ ਕਰਨੀ ਮੈਨੂੰ ਕੰਮ ਹੈ ਠੀਕ ਹੈ ਲਾ ਦੇਣੀ ਬੇਬੇ ਲੈ ਲਾ ਗਿਆ ਬੇਬੇ ਗੱਲ ਕਰਨੀ ਸਬਜ਼ੀ ਚੀਰਤੀ ਬੇਬੇ ਹਾਂ ਚੀਰੀ ਪਈ ਆ ਚੱਲ ਸਬਜ਼ੀ ਬਣਾਉਣੀ ਹੈ ਮੈਂ ਤਾਂ ਹਾਂ ਹੈਲੋ ਠੀਕ ਆ ਬਈ ਹਾਂ ਠੀਕ ਹੋ ਸਾਰੇ ਅੱਛਾ ਕਿੱਥੇ ਸੀ ਘਰੇ ਹੈ ਅੱਛਾ ਬਾਹਰ ਹੀ ਹੈ ਅੱਛਾ ਮੈਂ ਤੱਕ ਗੱਲ ਕਰਨੀ ਸੀ ਤੇਰੇ ਨਾਲ ਗੱਲ ਤਾਂ ਕੀ ਆਈ ਗੱਲ ਸੀ ਮੈਂ ਕਿਹਾ ਥਾਂ ਦੇਖ ਕੇ ਆਏ ਸੀ ਕੁੜੀ ਦਾ ਤੇ ਪਹਿਲਾਂ ਤਾਂ ਹੁਣ ਉਹ ਮੁੰਡਾ ਕਹੀ ਗਿਆ
ਪਹਿਲਾਂ ਤਾਂ ਉਹ ਆਪਦੇ ਟੱਬਰ ਨੂੰ ਲੈ ਕੇ ਵੇਖ ਮਾਨਸੇ ਬਹਿ ਗਿਆ, ਮੁਲਾਜ਼ਮ ਕਾਹਦਾ ਬਣ ਗਿਆ ਉਹ ਤਾਂ ਪਤਾ ਨੀ, ਕਹਿੰਦਾ ਮੈਂ ਕੀ ਖੁਸ਼ੀ ਬਣ ਗਿਆ ਤੇ ਵੀ ਮੈਂ ਅੱਧੇ ਪੈਸੇ ਲਾਉਂ, ਤੇ ਹੁਣ ਅੱਧੇ ਤੋਂ ਤੀਜੇ ਹਿੱਸੇ ਤੇ ਆ ਗਿਆ। ਹਾਂ ਫਿਰ 12 ਲੱਖ ਮੰਗਿਆ ਉਹਨਾਂ ਨੇ ਤਾਂ। ਹਾਂ 2-4 ਲੱਖ ਤਾਂ ਊਂ ਵੀ ਉੱਤੇ ਲੱਗ ਜਾਂਦਾ ਹੋਰ। ਹਾਂ ਕਹਿੰਦਾ ਮੈਂ ਤਾਂ 4 ਲੱਖ ਦੇਵੀ, ਕਹਿੰਦਾ ਵੀ ਤੇਰੇ ਕੋਲ ਬੇਬੇ ਦਾ ਹਿੱਸਾ ਤੂੰ 8 ਲੱਖ ਲਾ। ਹੁਣ ਪਹਿਲਾਂ ਤਾਂ ਮੈਂ ਥਾਂ ਥਾਂ ਵੇਖ ਉਹਦੀਆਂ ਵਾਢੀਆਂ ਦਿੱਤੀਆਂ, ਪੜ੍ਹਾਇਆ ਲਿਖਾਇਆ, ਤੇ ਇਹਨੂੰ ਤਾਂ ਮੈਂ 8 ਪੜ੍ਹਾ ਕੇ ਖੇਤੀ ਤੇ ਲਾਤਾ, ਇਹਨੂੰ ਖੇਤੀ ਚੋਂ ਕੀ ਬਚਦਾ। ਉਹਨੂੰ ਤਾਂ ਮੈਂ ਸਾਰਾ ਘਰ ਖਵਾਤਾ, ਇਹਨੂੰ ਤਾਂ ਵਿਚਾਰੇ ਨੂੰ ਪਤਾ ਵੀ ਨੀ ਜਵਾਕ ਨੂੰ ਮੇਰੀ ਮਾਂ ਕੀ ਕਰੀ ਗਈ ਪਹਿਲਾਂ। ਤੇ ਫਿਰ ਤੂੰ ਮੈਨੂੰ ਹੱਲ ਦੱਸ ਹੁਣ ਕੋਈ। ਅੱਛਾ ਫਿਰ ਇਹੀ ਹੱਲ ਹੋਣਾ ਚਾਹੀਦਾ ਹਨਾ, ਹੋਰ ਤਾਂ ਕੀ। ਫਿਰ ਦੱਸਾਂ ਹੁਣ ਗੁਰਲਾਲ ਨੂੰ ਵੀ ਭਾਈ ਤੇਰਾ ਮਾਮਾ ਤਾਂ ਐਂ ਕਹਿੰਦਾ, ਚੱਲ ਨਾ ਲਊ ਤੇਰਾ ਨਾਂ ਤਾਂ ਮੈਂ, ਤੇਰਾ ਨਾਂ ਨੀ ਲੈਂਦੀ, ਫਿਰ ਮੈਂ ਆਪ ਹੀ ਕਹਿ ਦੂੰ ਵੀ ਭਾਈ ਮੈਂ ਤਾਂ ਆਪ ਹੀ ਕਹਿੰਦੀ ਹਾਂ। ਠੀਕ ਹੈ ਚੰਗਾ ਫਿਰ, ਠੀਕ ਹੈ ਚੰਗਾ। ਕਿੱਧਰੋਂ ਆਈ ਆ ਭਾਬੀ? ਮੈਂ ਤਾਂ ਬਸ ਬਈ ਸਬਜ਼ੀ ਬਣਾ ਕੇ ਹਟੀ ਸੀਗੀ, ਮੈਂ ਖਮਾਣਾ ਜਿਹਾ ਇੱਧਰ ਮੈਂ ਗੇੜਾ ਜਿਹਾ ਮਾਰਨ ਵਗ ਗਈ ਉੱਧਰ ਬਾਗਲ ਕੰਨੀ। ਅੱਛਾ ਮੈਂ ਤਾਂ ਅੱਜ ਛੁੱਟੀ ਸੀਗੀ, ਮੈਂ ਘਰੇ ਸੀ। ਸੂਟ ਬਣਾ ਲਿਆ? ਸੂਟ ਤਾਂ ਬਣਾ ਲਿਆ, ਅੱਜ ਮੈਨੂੰ ਤਾਂ ਕਾਲਜ ਵਗ ਜਾਣ, ਮੈਨੂੰ ਤਾਂ ਕੀ ਪਤਾ ਲੱਗਦਾ ਕੀ ਹੁੰਦਾ ਘਰੇ, ਤੇ ਅੱਜ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਾ। ਤੁਸੀਂ ਮੇਰਾ ਐਡਾ ਬੋਝ ਕਿਉਂ ਮੰਨਦੇ ਹੋ? ਨਾ ਬਈ ਅਸੀਂ ਕਦੋਂ ਬੋਝ ਮੰਨਦੇ ਤੈਨੂੰ, ਐਵੇਂ ਵਹਿਮ ਹੋ ਗਿਆ। ਤੇ ਤੁਸੀਂ ਮੇਰਾ ਬੋਝ ਨਾ ਮੰਨੋ, ਮੈਂ ਤਾਂ ਹੁਣ ਪੜ੍ਹ ਲਿਖ ਕੇ ਆਪਦਾ ਕੁਛ ਬਣ ਜੂੰਗੀ, ਕੋਈ ਜੋਬ ਵਗੈਰਾ ਮਿਲ ਜੂ ਤੇ ਫਿਰ ਕੋਈ ਨਾ ਰਿਸ਼ਤਾ ਹੋ ਜੂ, 2 ਸਾਲ ਮੈਨੂੰ ਪੜ੍ਹ ਲਾਂ ਦੋ ਹਜੇ। ਨਾ ਬਈ ਹੁਣ 2 ਸਾਲ ਤੇਰੇ ਮੂੰਹ ਮੰਨੀ ਕਿਵੇਂ ਝੱਕੀ ਜਾਵਾਂਗੇ, ਨੌਕਰੀ ਦਾ ਕੀ ਤਾਂ ਮਿਲੇ ਨਾ ਮਿਲੇ। ਮਿਲ ਜੂਗੀ ਨੌਕਰੀ ਤਾਂ? ਨਾ ਨਾ ਰਿਸ਼ਤਾ ਤਾਂ ਹੁਣ ਦੇਖ ਸਾਨੂੰ ਤੇਰਾ ਕਰਨਾ ਪਊ, ਫਿਰ ਉਮਰ ਟੱਪ ਜਾਂਦੀ ਬਈ, ਉਮਰ ਨਹੀਂ ਰਹਿੰਦੀ ਕੁੜੀਆਂ ਦੀ। ਕਾਹਨੂੰ ਟੱਪਦੀ ਉਮਰ? ਤੁਸੀਂ ਮੇਰਾ ਬੋਝ ਨਾ ਮੰਨੋ, ਤੂੰ ਇਹ ਗੱਲਾਂ ਚ ਨਾ ਪੈ ਅਮਨ, ਇਹ ਗੱਲਾਂ ਸੋਚਣ ਵਾਸਤੇ ਤੇਰੇ 2 ਭਰਾ ਹੈਗੇ ਨੇ, ਬੇਬੇ ਹੈਗੀ ਹੈ। ਉਹ ਤਾਂ ਹੈਗਾ, ਫਿਰ ਵੀ ਆਪ ਨੂੰ ਟੈਨਸ਼ਨ ਤਾਂ ਹੁੰਦੀ ਆ ਨਾ। ਤੂੰ ਕੋ ਟੈਨਸ਼ਨ ਮੰਨਦੀ ਆ? ਦੇਖ ਤੂੰ ਨਾ ਇਹ ਚੀਜ਼ ਚ ਬੜ ਤੇ ਆਪਦੀ ਪੜ੍ਹਾਈ ਕਰ ਜਾ ਕੇ ਕਿਤਾਬਾਂ ਚੱਕ ਦੂੰ। ਪੜ੍ਹਾਈ ਨੂੰ ਟੈਨਸ਼ਨ ਮੈਂ, ਚੱਲ ਕੋਈ ਨਾ ਕੋਈ ਆਪਦੇ ਪੈਰਾਂ ਤੇ ਖੜੀ ਹੋ ਲਾਂਦੀ ਤੇ ਜੋਬ ਮਿਲ ਜਾਂਦੀ, ਕੋਈ ਪੋਸਟਾਂ ਮੈਂ ਭਰੀ ਜਾਂਦੀ ਆ। ਦੀ ਗੱਲ ਹੈ ਜੇ ਤੇਰੀ ਕਿਸਮਤ ਚ ਹੋਈ ਤੇ ਤੈਨੂੰ ਨੌਕਰੀ ਵੀ ਮਿਲ ਜੂਗੀ। ਹਾਂ ਇਹ ਤਾਂ ਹੈਗਾ, ਬਾਕੀ ਤਾਂ ਕਿਸਮਤ ਦੇ। ਚੱਲ ਮੈਂ ਤਾਂ ਰੋਟੀ ਬਣਾਉਣੀ ਆ, ਤੂੰ ਆਪਦੀ ਪੜ੍ਹਾਈ ਕਰ, ਤੂੰ ਨਾ ਇਹ ਗੱਲਾਂ ਚ ਪੜ, ਬੇਬੇ ਹੈਗੀ ਆ ਵੱਡੀ। ਹਾਂ ਬੇਬੇ ਕਰੀ ਰਹੇ ਮਾਮੇ ਨਾ? ਕਰੀ ਸੀ ਭਾਈ ਰਾਏ ਤਾਂ ਤੇਰੇ ਮਾਮੇ ਨਾਲ ਤਾਂ। ਕੀ ਕਹਿੰਦਾ ਮਾਮਾ? ਉਹ ਤਾਂ ਕਹਿੰਦਾ ਭਾਈ ਤੁਸੀਂ ਦੋਨੇ ਮਾਂ ਪੁੱਤਰ ਐ ਕਰੋ, ਹੁਣ ਤੇਰਾ ਪੁੱਤ ਤੇਰੀ ਸੇਵਾ ਕਰਦਾ, ਸਾਰਾ ਦਿਨ ਤੇਰੀ ਸੁਣਦਾ ਗੱਲਾਂ, ਤੇ ਤੂੰ ਉਸੇ ਦੀ ਰਾਏ ਲੈ ਵੀ ਤੈਨੂੰ ਕੀ ਯਾਦ ਆ। ਹੁਣ ਉਹ ਤਾਂ ਕਹਿੰਦਾ ਦੂਰ ਬੈਠਾ, ਉਹ ਤਾਂ ਨਾ ਤੇਰੀ ਬਾਹਰ ਕਰਾਵੇ ਤੇ ਨਾ ਸੁਣੀ। ਅੱਛਾ ਮਾਮੇ ਨੇ ਤਾਂ ਹੀ ਕਹਿਤਾ? ਆਈ ਕਹਿਤਾ। ਤੇ ਹੁਣ ਭਾਈ ਫਿਰ ਮੈਂ ਤੈਨੂੰ ਐ ਦੱਸਦੀ ਆ ਵੀ ਹੁਣ ਮੈਂ ਤੇਰੇ ਤੇ ਤਾਂ ਭਾਰ ਬੋਝ ਕੀ ਸਿੱਟਾਂ ਇਕੱਲੇ ਤੇ। ਠੀਕ ਹੈ ਬੇਬੇ। ਤੇ ਕੀ ਤੇਰੇ ਕੋਲੇ ਹੈਗਾ ਲਾਉਣ ਨੂੰ? ਹਾਂ ਉਹ ਤੈਨੂੰ ਪਤਾ ਹੀ ਆ ਬੇਬੇ ਮੇਰਾ ਤਾਂ, ਹੁਣ ਪਤਾ ਹੀ ਆ ਮੈਨੂੰ। ਤੇ ਹੁਣ ਤੂੰ ਐ ਕਰ, ਤੀਜੇ ਹਿੱਸੇ ਦਾ ਬਾਣ ਮੇਰਾ ਮੈਨੂੰ ਦੇ ਦੇ ਵੰਡ ਕੇ। ਠੀਕ ਹੈ ਬੇਬੇ, ਉਹ ਤਾਂ ਹੁਣ ਵੰਡੀ ਹੈਗਾ ਜਦੋਂ। ਹਾਂ ਮੇਰਾ ਤੀਜੇ ਹਿੱਸੇ ਦਾ ਬਾਣ ਮੈਨੂੰ ਵੰਡ ਕੇ ਦੇ ਦੇ, ਮੈਂ ਆਪਦੀ ਧੀ ਦਾ ਬਾਣ ਵੇਚ ਕੇ ਵਿਆਹ ਕਰਾਂ, ਤੇ ਚਾਹੇ ਜਿਵੇਂ ਮਰਜ਼ੀ ਕਰਾਂ। ਜੇ ਤੁਸੀਂ ਮੇਰੇ 3 ਪੁੱਤ ਹੁੰਦੇ ਫੇਰ ਵੀ ਮੈਂ 3 ਵੰਡੀਆਂ ਪਾਉਣੀਆਂ ਸੀ। ਉਹਦਾ ਵੀ ਬਿਤਰੀ ਗੱਲ ਠੀਕ ਹੈ। ਤੇ ਜੇ ਹੁਣ ਮੇਰੀ ਧੀ ਹੈ ਤੇ ਮੈਨੂੰ ਧੀ ਵੀ ਪੁੱਤਾਂ ਬਰਾਬਰ ਹੀ ਹੈ ਨਾ? ਹੁੰਦੀ ਹੈ ਬੇਬੇ, ਮਾਂ ਪਿਓ ਨੂੰ ਤਾਂ ਹੁੰਦੀ ਹੈ। ਤੇ ਹੁਣ ਤੁਸੀਂ ਦੋਨੇ ਭਰਾ ਰਾਏ ਕਰ ਲਓ ਵੀ ਭਾਈ ਮੈਂ ਤਾਂ ਹੁਣ ਇਹ ਕੰਮ ਕਰੂੰਗੀ। ਅੱਛਾ ਬੇਬੇ, ਹੁਣ ਫਿਰ ਮੈਂ ਬਾਈ ਨਾਲ ਫੋਨ ਲਾ ਲੈਣਾ, ਤੂੰ ਗੱਲ ਕਰ ਲੈ। ਨਹੀਂ ਨਹੀਂ ਭਾਈ ਗੱਲ ਕਰਦੀ, ਮੈਂ ਗੱਲ ਕੀ ਕਰਨੀ ਹੈ, ਮੈਂ ਗੱਲ ਕਰਨ ਜੋਗੀ ਛੱਡੀ ਨਹੀਂ ਉਹਨੇ। ਉਹ ਤਾਂ ਠੀਕ ਹੈ ਬੇਬੇ, ਫਿਰ ਮੈਂ ਆਪਦੀ ਰਾਏ ਕਰ ਲਾ, ਤੇਰਾ ਭਰਾ ਹੈ ਤੇ ਤੂੰ ਰਾਏ ਕਰ ਲਾ, ਤੇ ਮੇਰਾ ਤੀਜਾ ਹਿੱਸਾ ਮੇਰੇ ਮਨੀ ਕੱਢ ਦਿਓ ਬਸ। ਨਾ ਹੁਣ ਮੈਂ ਬਾਈ ਨੂੰ ਬੇਬੇ ਐਂ ਕਹਿ ਦਿਆਂ, ਕਹਿੰਦੇ ਭਾਈ ਹਾਂ ਵੀ ਬੇਬੇ ਦਾ ਜਿਹੜਾ ਤੀਜਾ ਹਿੱਸਾ ਬਣਦਾ ਹੈਗਾ ਭਾਈ ਮੇਰਾ ਵੰਡ ਕੇ ਦੇ ਦਿਓ ਬਸ। ਵੀ ਵੰਡ ਕੇ ਦੇ ਦਿਓ ਬੇਬੇ ਦਾ, ਕਹਿੰਦੇ ਮੈਂ ਵੇਚ ਕੇ ਭੈਣ ਤੇ ਲਾ। ਮੈਂ ਤਾਂ ਵੇਚ ਕੇ ਲਾ ਦੂੰ। ਚੰਗਾ ਬੇਬੇ, ਮੈਂ ਗੱਲ ਕਰ ਦਊਂ। ਜੇ ਮੇਰਾ 1 ਪੁੱਤ ਹੁੰਦਾ ਫੇਰ ਕਿਹੜਾ ਮੈਂ ਦਿੰਦੀ ਨਾ ਉਹਨੂੰ ਵਾਹਣ। ਠੀਕ ਹੈ ਬੇਬੇ, ਫੇਰ ਕੀ ਲੱਤਾਂ ਡਾ ਲੈਂਦੇ ਤੁਸੀਂ। ਹੈਲੋ। ਹਾਂ ਬਾਈ, ਮੈਂ ਤੈਨੂੰ ਬਾਈ ਐਂ ਫੋਨ ਲਾਇਆ ਸੀਗਾ, ਬੇਬੇ ਦਾ ਕਹਿੰਦੀ ਮੇਰਾ ਜਿਹੜਾ ਤੀਜਾ ਹਿੱਸਾ ਬਣਦਾ ਹੈਗਾ ਉਹ ਮੈਨੂੰ ਵੰਡ ਕੇ ਦੇ ਦਿਓ ਭਾਈ, ਵੀ ਮੈਂ ਤਾਂ ਭੈਣ ਤੇ ਲਾ ਦੂੰਗੀ। ਹਾਂ ਬਾਈ, ਹੋਰ ਤਾਂ ਕੋਈ ਹੱਲ ਨਹੀਂ ਹੈਗਾ ਫਿਰ। ਹਾਂ ਤੂੰ ਤਾਂ ਬਾਈ ਫਿਰ ਤੀਜੇ ਹਿੱਸੇ ਦੇ ਕਹਿਣਾ ਨਾ। ਹਾਂ ਵੀ ਤੀਜਾ ਹਿੱਸਾ ਦੇਊਂਗਾ ਮੈਂ, ਮੈਨੂੰ ਐਂ ਸੀ ਤੂੰ ਅੱਧ ਦੇਗਾ ਬਾਈ। ਹੁਣ ਦੇਖ ਲੈ ਬਾਈ, ਮੈਂ ਤਾਂ ਚੱਲ ਪਿੰਡ 'ਚ ਥੋੜ੍ਹਾ ਬਹੁਤਾ ਕੰਮ ਹੀ ਕਰਦਾਗਾ, ਅਤੇ ਮੂੰਹ ਮੱਥੇ ਲੱਗਦਾ ਤੂੰ ਤਾਂ ਬਾਈ ਅਫਸਰ ਹੈਗਾ, ਤੇਰੀ ਤਾਂ ਵਾਹਲੀ ਬੇਇੱਜ਼ਤੀ ਹੋਊ ਜੇ ਬੇਬੇ ਨੇ ਵਾਹਣ ਵੇਚਤਾ। ਹਾਂ ਬਾਈ ਉਹ ਤਾਂ ਹੈਗੀ ਹੈ। ਹਾਂ ਬਾਈ ਸਾਰੇ ਲਾ ਦੀ ਤੂੰ। ਹਾਂ ਅੱਧੇ ਤੇਰੇ ਨਾਲ ਗੱਲ ਕਰੀ, ਅੱਧੇ ਦੇ ਦੂੰਗਾ। ਹਾਂ ਬਾਈ ਮੈਂ ਬੇਬੇ ਨੂੰ ਸੁਨੇਹਾ ਲਾ ਦੂੰਗਾ, ਕਹਿ ਦੂੰਗਾ ਬੇਬੇ ਨੂੰ ਬਾਈ। ਹਾਂ ਠੀਕ ਹੈ ਬਾਈ, ਓਕੇ ਓਕੇ। ਲੈ ਬਾਈ ਤਾਂ ਮੰਨ ਗਿਆ, ਬੇਬੇ ਨੂੰ ਕਰਦੇ ਹਾਂ ਗੱਲ। ਬੇਬੇ ਮੈਂ ਤੇਰੇ ਕਹੇ ਤੋਂ ਫੋਨ ਤੇ ਗੱਲ ਕਰੀ ਸੀ ਬਾਈ ਨਾਲ ਅੱਜ। ਅੱਛਾ। ਤੇ ਬਾਈ ਕਹਿੰਦਾ ਵੀ ਐਂ ਤਾਂ ਫਿਰ ਜੇ ਬੇਬੇ ਤੀਜੇ ਸੀ ਜ਼ਮੀਨ ਵਿੱਚ ਤਾਂ ਫਿਰ ਆਪਣੀ ਬੇਇੱਜ਼ਤੀ ਹੈ,
ਦੱਸਿਆ ਕੁਝ ਨਹੀਂ ਤੁਸੀਂ ਦੋਨਾਂ ਨੇ ਰੌਲਾ ਤਾਂ ਹੁਣ ਤੈਨੂੰ ਕੀ ਦੱਸਾਂ ਮਾਨਸਾ ਜਿਹੜਾ ਬੈਠਾ ਆਪਦੇ ਟੱਬਰ ਨੂੰ ਲਈ ਇੱਥੋਂ ਨਿਕਲ ਗਿਆ ਘਰੋਂ ਤਾਂ ਨੌਕਰੀਆਂ ਮੈਂ ਦਵਾਈਆਂ ਵਾਢੀਆਂ ਮੈਂ ਦਿੱਤੀਆਂ ਉਹਦੀਆਂ ਥਾਂ ਥਾਂ ਇਹ ਮਾਰ ਚੱਲ ਬੇਬੇ ਹੁਣ ਆਪਾਂ ਨੂੰ ਤਾਂ ਸਾਰਾ ਕੁਝ ਕਰਨਾ ਪਊ ਫਿਰ ਭੈਣ ਦਾ ਉਹਦਾ ਕਹਿੰਦਾ ਮੈਂ ਤੇ ਤੀਜੇ ਹਿੱਸੇ ਦੇ ਪੈਸੇ ਲਾਉਂਗਾ ਅੱਛਾ ਹੁਣ ਅੱਧ ਤੋਂ ਤੀਜੇ ਤੇ ਆ ਗਿਆ ਹਾਂ ਫਿਰ ਮੈਂ ਤੇ ਤੇਰੇ ਮਾਮੇ ਨੂੰ ਸਕੀਮ ਪੁੱਛੀ ਵੀ ਹੁਣ ਦੱਸ ਕੀ ਹੋਣਾ ਚਾਹੀਦਾ ਫਿਰ ਮਾਮਾ ਕੀ ਕਹਿੰਦਾ ਉਹ ਤਾਂ ਕਹਿੰਦਾ ਭਾਈ ਜੇ ਤੇਰੇ ਤਿੰਨ ਪੁੱਤ ਹੁੰਦੇ ਫਿਰ ਕਿਹੜਾ ਤੂੰ ਵੰਡ ਕੇ ਵਾਹਣ ਨਾ ਦਿੰਦੀ ਤੇ ਤੂੰ ਆਪਦੇ ਹਿੱਸੇ ਦਾ ਵਾਹਣ ਵੇਚ ਕੇ ਆਪਦੀ ਧੀ ਵਿਆਹ ਦੇ ਤੇ ਕਿਸੇ ਦੀ ਜ਼ਿੰਮੇਵਾਰੀ ਨਾ ਕਰ ਚੱਲ ਬੇਬੇ ਇਹ ਵੀ ਸਹੀ ਹੈ ਮਾਮੇ ਦੀ ਸਕੀਮ ਵੀ ਸਹੀ ਹੈ ਫਿਰ ਉਹ ਵਰਤ ਕੇ ਦੇਖ ਲੈ ਤੇ ਫਿਰ ਹੁਣ ਉਹ ਵੇਚਤੀਆਂ ਸਮਝਦਾ ਇਸ ਗੱਲ ਤੋਂ ਹਾਂ ਹੁਣ ਮੰਨ ਗਿਆ ਬਾਈ ਹੁਣ ਕੀ ਕਹਿੰਦਾ ਬਾਈ ਹੁਣ ਤਾਂ ਕਹਿੰਦਾ ਮੈਂ ਸਾਰੇ ਪੈਸੇ ਮੈਂ ਹੀ ਲਾ ਦੂੰਗਾ ਤੇ ਅੱਧੇ ਪੈਸੇ ਤੂੰ ਮੈਨੂੰ ਦੇ ਦੇ ਮੈਂ ਚੱਲ ਬੇਬੇ ਹਜੇ ਵੀ ਬਾਈ ਦਾ ਧੰਨਵਾਦ ਕਰੋ ਜਿਹੜਾ ਮੰਨ ਗਿਆ ਮੈਂ ਇਹਨਾਂ ਦੀ ਮਾਂ ਐ ਮੇਰਾ ਇਹਨਾਂ ਤੇ ਬੁਰਾ ਕਰਨ ਨੂੰ ਜੀ ਨਹੀਂ ਕਰਦਾ ਪਰ ਸੱਪ ਉਦੋਂ ਡੰਗ ਮਾਰਦਾ ਜਦੋਂ ਪੂਛ ਤੇ ਪੈਰ ਤੇ ਟਿਕ ਜਾਂਦਾ ਬੇਬੇ ਬਾਈ ਦੀ ਉਹਦੇ ਚ ਕੋਈ ਗਲਤੀ ਨਹੀਂ ਬਾਈ ਤਾਂ ਤੇਰਾ ਕਰਦਾ ਵਿਚਾਰਾ ਗੱਲ ਕਰ ਉਹ ਭੈਣ ਬਾਲੀ ਮਾੜੀ ਉਹ ਨਹੀਂ ਕਰਨ ਦਿੰਦੀ ਤੇ ਮੈਂ ਵੀ ਹੁਣ ਉਹ ਤਾਂ ਫੇਰ ਹੀ ਛਾਲ ਚੱਕੀ ਸੀ ਜਦੋਂ ਉਹ ਜਮਾ ਮੇਰੇ ਸਿਰੇ ਗਿਆ ਹਾਂ ਬੇਬੇ ਨੇ ਵੀ ਸਕੀਮ ਹੀ ਲਾਈ ਸੀ ਬੇਬੇ ਨੇ ਕਿਹੜਾ ਜਮੀਨ ਵੇਚਣੀ ਸੀ ਨਹੀਂ ਨਹੀਂ ਸੀ ਮੈਂ ਵੀ ਸਾਨੂੰ ਉਹਨੂੰ ਤਜਰਬਾ ਹੀ ਦਿਖਾਇਆ ਸੀ ਸਾਨੂੰ ਤਾਂ ਮੈਂ ਕੀ ਤਜਰਬਾ ਦਿਖਾਇਆ ਤੁਸੀਂ ਤਾਂ ਮੇਰੇ ਨਾਲ ਹੋ ਤੇ ਜਿੱਥੇ ਮੈਂ ਖੜਾ ਚੱਲ ਬੇਬੇ ਅਸੀਂ ਤਾਂ ਜੇ ਤੂੰ ਵੇਚਦੀ ਸੀ ਤਾਂ ਵੇਚ ਕੇ ਵੀ ਕਰਦਾ ਅਸੀਂ ਤਾਂ ਬੇਬੇ ਮਜ਼ਾਕ ਕਰ ਲੈਂਦੇ ਤੋਰਨੀ ਪੈਂਦੀ ਵਿਚਾਰੀ ਤੇ ਚੱਲ ਤੁਸੀਂ ਪੁੱਤ ਆਏ ਨਾ ਦਿਲ ਤੇ ਲਾਇਓ ਗੱਲ ਮੇਰੀ ਮਾਂ ਬਾਹਣ ਵੇਚਦੀ ਸੀ ਮੈਂ ਤਾਂ ਉਹਨੂੰ ਤਜਰਬਾ ਹੀ ਦਿਖਾਉਂਦੀ ਸੀ ਨਹੀਂ ਬੇਬੇ ਮੈਂ ਫਿਰ ਬਾਈ ਨੂੰ ਵੀ ਮੈਂ ਸਾਰੀ ਗੱਲ ਦੱਸ ਦੂੰਗਾ ਕਿ ਬੇਬੇ ਨੇ ਤਾਂ ਐਵੇਂ ਉਹ ਗੱਲ ਕਰੀ ਸੀ ਤੇ ਤੂੰ ਲਾਏਗਾ ਤਾਂ ਚੱਲ ਚੰਗੀ ਗੱਲ ਹੈ ਤੇ ਭਾਈ ਫੇਰ ਤੇ ਫੇਰ ਨਾ ਤੂੰ ਬਾਈ ਕੋਲੇ ਨਾ ਇਹ ਗੱਲ ਕਰੀ ਬਾਈ ਉਹਦੇ ਕੋਲੇ ਦੱਸ ਦੂਗਾ ਤੇ ਉਹ ਫੇਰ ਮਕਰਾ ਦੂਗੀ ਨਹੀਂ ਬੇਬੇ ਹੁਣ ਨਹੀਂ ਬਾਈ ਮੁਕਰਦਾ ਮੈਨੂੰ ਇਹ ਗੱਲ ਕਰ ਲਈ ਕਿਰਾ ਤੂੰ ਤਾਂ ਜਮਾ ਸਿੱਧਾ ਤੈਨੂੰ ਨਹੀਂ ਇਹ ਗੱਲਾਂ ਦਾ ਪਤਾ ਸਾਨੂੰ ਪਤਾ ਵੀ ਪਿੱਛੋਂ ਹੀ ਦੱਸੀ ਚੱਲ ਚੰਗਾ ਬੇਬੇ ਜਿਵੇਂ ਤੁਸੀਂ ਕਹਿੰਦੇ ਬੇਬੇ ਹੁਣ ਭੈਣ ਦਾ ਸਿਰੇ ਚੜ ਜਾਣੇ ਫੇਰ ਗੱਲ ਕਰਾਂਗੇ ਉਹਦੇ ਕੋਲੇ ਹਾਂ ਤੇ ਚੱਲ ਐ ਕਰ ਤੂੰ ਜਿਹੜਾ ਕੋਈ ਚੰਗਾ ਰਿਸ਼ਤਾ ਮਿਲਿਆ ਤੇ ਦੇਖ ਕੇ ਕਰ ਚੱਲ ਹਜੇ ਵੀ ਧੰਨਵਾਦ ਮੰਨੋ ਫੇਰ ਵੀ ਉਹਦੀ ਭੈਣ ਹੈਗੀ ਜੇ ਉਹ ਲਾਉਂਦਾ ਹੈਗਾ ਕੋਈ ਉਹ ਕੋਈ ਬਾਹਰਲਾ ਨਹੀਂ ਹੈਗਾ ਨਹੀਂ ਕੋਈ ਬਾਹਰਲਾ ਨਹੀਂ ਹੈ ਕੁੜੀਆਂ ਦਾ ਭਾਈ ਨਾ ਬਰਾਬਰੀ ਹਿੱਸਾ ਹੁੰਦਾ ਹੈ ਹੁੰਦਾ ਉਹ ਤਾਂ ਗੱਲ ਠੀਕ ਹੈ ਚੱਲ ਬੇਬੇ ਕੋਈ ਗੱਲ ਨਹੀਂ ਉਹ ਤਾਂ ਤੂੰ ਪੈਸੇ ਦੇ ਤੇ ਦੀਆ ਤਾਂ ਤੂੰ ਬਾਈ ਨਾਲ ਕਰ ਗੱਲ ਤੇ ਅਸੀਂ ਭੈਣ ਦੇ ਵਿਆਹ ਦੀ ਫਿਰ ਤਿਆਰੀ ਕਰੀਏ ਹਾਂ ਕਰੋ ਬੇਬੇ ਚੱਲ ਚੰਗਾ ਭਾਈ ਮੇਰੀ ਵੀ ਟੈਨਸ਼ਨ ਮੁੱਕੀ ਤੇਰੇ ਮਾਮੇ ਨੇ ਮੈਨੂੰ ਸਕੀਮ ਵਧ ਗਈ ਦੱਸਤੀ ਆਪਦਾ ਭੈਣ ਭਾਈ ਮਾੜੀ ਰਹਿ ਨਹੀਂ ਦਿੰਦਾ ਹੁੰਦਾ ਤੰਗ ਮੈਂ ਉਹਦੀ ਰਹਿ ਲਈ ਸੀ ਬੱਖਰੀ ਸੋਚ ਚੈਨਲ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਜੋ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਖਰੀ ਸੋ ਚੈਨਲ ਤੇ ਜਿੰਨਾਂ ਵੀਰਾਂ ਤੇ ਭੈਣਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ ਸੇਵਕਾ ਸ਼ਕੰਦਰ ਸਿੰਘ ਅਮਰਜੀਤ ਸੰਧੂ ਕਰਮਜੀਤ ਕੌਰ ਗੁਰਜੀਤ ਕੌਰ ਗੁਰੀ ਰਮੇਸ਼ ਕੁਮਾਰ ਬਾਂਸਲ ਸਿਰਸਾ ਹਰਿਆਣਾ ਸਵਰਨਜੀਤ ਕੌਰ ਬੈਰੋਕੇ ਕਰਮਜੀਤ ਬਰਾੜ ਮਨੀ ਦਿਓਲ ਗਿਆਨ ਕੌਰ ਧਰਮਜੀਤ ਸਿੰਘ ਹਰਨੀਤ ਕੌਰ ਰਾਮ ਸਿੰਘ ਢਿੱਲੋਂ ਵਿਸ਼ਵਜੀਤ ਸਿੰਘ ਗੁਰਪਾਲ ਸਿੰਘ ਅਮਰ ਸਿੰਘ ਪਟਿਆਲਾ ਧਰਮ ਸਿੰਘ ਗਿੱਲ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸੰਧੂ ਸਾਹਿਬ ਅਨੀਤਾ ਰਾਣੀ ਗੁਰਪਿੰਦਰ ਸਿੰਘ ਰਾਮ ਸਿੰਘ ਅਭਿਜੋਤ ਧਾਲੀਵਾਲ ਮਾਖਾ ਸ਼ੈਂਬਰ ਸਿੰਘ ਇੰਦਰ ਸਿੰਘ ਸੈਂਭੀ ਡਿੰਪਲ ਰਾਣੀ ਕੁਲਵਿੰਦਰ ਕੁੱਲਰ ਕੁਲਦੀਪ ਕੌਰ ਬਰਾੜ ਕੋਠੇ ਲਾਲ ਸਿੰਘ ਵਾਲੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਧੰਨਵਾਦ ਜਿਨ੍ਹਾਂ ਵੀਰਾਂ ਦੇ ਨਾਮ ਬੋਲਣ ਮਨੀਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।